ਅਗਲੀ ਖਬਰ ਦੇ ਵੱਲ ਆ ਗਏ ਤੇ ਖਬਰ ਬੜੀ ਮੰਦ ਭਾਗੀ ਆ ਇਸ ਖਬਰ ਦੇ ਮੁਤਾਬਕ ਇਹ ਜਿਹੜਾ ਹਾਦਸਾ ਵਾਪਰਿਆ ਉਹ ਇੱਕ ਰੂਸੀ ਬੰਦੇ ਨਾਲ ਵਾਪਰਿਆ ਦਰਅਸਲ ਮਿਸਰ ਦੇ ਇੱਕ ਬੀਚ ਤੇ ਤਰਾਕੀ ਕਰ ਰੇ ਰੂਸ ਦੇ ਇੱਕ ਬੰਦੇ ਨੂੰ ਸ਼ਾਰਕ ਨੇ ਮਾਰ ਦਿੱਤਾ ਹੈ ਇਹਦੇ ਬਾਬਤ ਇੱਕ ਵੀਡੀਓ ਜਿਹੜੀ ਲਗਾਤਾਰ ਇਸ ਵੇਲੇ ਸੋਸ਼ਲ ਮੀਡੀਆ ਤੇ ਘੁੰਮ ਰਹੀ ਹੈ ਤੇ ਵੀਡੀਓ ਦੇ ਵਿੱਚ ਲੋਕਾਂ ਦੀਆਂ ਚੀਕਾਂ ਸੁਣੀਆਂ ਜਾ ਸਕਦੀਆਂ ਨੇ ਜਿਹੜੇ ਜਦੋਂ ਸ਼ਾਰਕ ਨੇ ਅਟੈਕ ਕੀਤਾ ਸੀ ਤਾਂ ਉਦੋਂ ਉਸ ਬੰਦੇ ਨੂੰ ਬਚਾਉਣ ਦੀ ਕੋਸ਼ਿਸ਼ ਜਾਂ ਉਸ ਬੰਦੇ ਦੀ ਹਾਲਾਤ ਉੱਤੇ ਵੇਖ ਕੇ ਜਿਹੜਾ ਉਹਨਾਂ ਦੀਆਂ ਚੀਕਾਂ ਨਿਕਲ ਰਹੀਆਂ ਸੀ ਇੱਕ ਬੰਦੇ ਦੀ ਆਵਾਜ਼ ਤਾਂ ਇਹ ਵੀ ਕਹਿੰਦੇ ਸੁਣੀ ਜਾ ਸਕਦੀ ਹੈ ਕਿ ਸ਼ਾਰਕ ਨੇ ਇਹਦੇ ਜਿਹੜੇ ਅਵਸ਼ੇਸ਼ ਹੈ ਉਹ ਵੀ ਨਹੀਂ ਛੱਡਨੇ ਸੋ ਇਹਦੇ ਵਿੱਚ ਇਸ ਬੰਦੇ ਦੇ ਨਾਲ ਜਿਹੜੀ ਅਨਹੋਣੀ ਹੋਈ ਹੈ ਉਹ ਇਹ ਹੋਈ ਹੈ ਕਿ ਇਹਨੂੰ ਬਚਾਉਣ ਜਿਹੜਾ ਦਸਤਾ ਆ ਰਿਹਾ ਸੀ ਕਿਸ਼ਤੀ ਲਾਗੇ ਸੀ ਤੇ ਉਸ ਤੋਂ ਕੁਝ ਸਕਿੰਟ ਪਹਿਲਾਂ ਹੀ ਇਸ ਬੰਦੇ ਨੂੰ ਸ਼ਾਰਕ ਨੇ ਖਾ ਲਿਆ ਸੀ ਮਾਰ ਦਿੱਤਾ ਸੀ ਪਤਾ ਲੱਗਿਆ ਕਿ ਜਿਹੜੀ ਮਿਸਰ ਦੇ ਵਾਤਾਵਰਣ ਮੰਤਰਾਲੇ ਨੇ ਫੇਸਬੁੱਕ ਤੇ ਇਹ ਗੱਲ ਦੀ ਜਾਣਕਾਰੀ ਦਿੱਤੀ ਹੈ ਕਿ ਹੁਰਗਾਦਾ ਦਾ ਇੱਕ ਪ੍ਰਸਿੱਧ ਮਿਸਰੀ ਰਿਜ਼ੋਰਟ ਹੈ ਉਹਦੇ ਤੇ ਐਲਿਸਿਸ ਡ੍ਰੀਮ ਬੀਚ ਹੋਟਲ ਹੈ ਤੇ ਉੱਥੇ ਇੱਕ ਟਾਈਗਰ ਸ਼ਾਰਕ ਨੇ ਜਿਹੜਾ ਉਹ ਪਾਣੀ ਦੇ ਵਿੱਚ ਤੈਰ ਰਹੇ ਬੰਦੇ ਤੇ ਹਮਲਾ ਕੀਤਾ ਤੇ ਸਾਹਮਣੇ ਦੇ ਵਿੱਚ ਇਸ ਬੰਦੇ ਨੂੰ ਮਾਰ ਦਿੱਤਾ ਗਿਆ ਆਨਲਾਈਨ ਜਿਹੜੀ ਵੀਡੀਓ ਇਸ ਵੇਲੇ ਸਰਕੂਲੇਟ ਹੋ ਰਹੀ ਹੈ ਜਿਹੜੀ ਵੀਡੀਓ ਲਗਾਤਾਰ ਟ੍ਰੈਂਡ ਕਰ ਰਹੀ ਹੈ ਇਸ ਵੀਡੀਓ ਦੇ ਵਿੱਚ ਦੇਖਿਆ ਜਾ ਸਕਦਾ ਕਿ ਇਸ ਰੂਸੀ ਬੰਦੇ ਉੱਤੇ ਸ਼ਾਰਕ ਉਦੋਂ ਹਮਲਾ ਕਰਦੀ ਹੈ ਜਦੋਂ ਉਹ ਤੈਰ ਰਿਹਾ ਹੁੰਦਾ ਤਰਾਕੀ ਕਰ ਰਿਹਾ ਹੁੰਦਾ ਹੈ ਤੇ ਜਿਵੇਂ ਉਹਨੂੰ ਪਤਾ ਲੱਗਦਾ ਕਿ ਸ਼ਾਰਕ ਨੇ ਹਮਲਾ ਕਰ ਦਿੱਤਾ ਜਾਂ ਸ਼ਾਰਕ ਮੇਰੇ ਨੇੜੇ ਆ ਤਾਂ ਉਹ ਮਦਦ ਦੇ ਲਈ ਵੇਖਦਾ ਜਦੋਂ ਉਹ ਆਵਾਜ਼ਾਂ ਦਿੰਦਾ ਤੇ ਲੋਕ ਉਹਦੀ ਆਵਾਜ਼ ਸੁਣ ਕੇ ਨਾਲ ਦੀ ਨਾਲ ਰੈਕਟ ਕਰਨਾ ਸ਼ੁਰੂ ਕਰ ਦਿੰਦੇ ਨੇ ਤੇ ਇਸੇ ਦਰਮਿਆਨ ਇਸ ਨੂੰ ਫਿਲਮਾਉਣਾ ਸ਼ੁਰੂ ਕਰ ਦਿੰਦੇ ਨੇ ਉਹਦੀ ਮਦਦ ਦੇ ਲਈ ਉਹਦੀ ਕਿਸ਼ਤੀ ਜਿਹੜੀ ਹੈ ਜਿਨ੍ਹਾਂ ਨੂੰ ਉਹ ਨੇੜੇ ਨੂੰ ਆਵਾਜ਼ ਮਾਰਦਾ ਉਹ ਉਹਦੀ ਤੁਰਨਾ ਸ਼ੁਰੂ ਕਰ ਦਿੰਦੇ ਨੇ ਪਰ ਮੰਦ ਭਾਗੀ ਗੱਲ ਇਹ ਹੈ ਕਿ ਇਸ ਬੰਦੇ ਨੂੰ ਬਚਾਇਆ ਨਹੀਂ ਜਾ ਸਕਿਆ ਦੀ ਸ਼ਾਰਕ ਇਸ ਬੰਦੇ ਨੂੰ ਨਿਕਲ ਗਈ ਇਸ ਵੇਲੇ ਇਹ ਜਿਹੜੀ ਖਬਰ ਹੈ ਉਹ ਸਾਰੀ ਦੁਨੀਆ ਦੇ ਵਿੱਚ ਟ੍ਰੈਂਡ ਕਰ ਰਹੀ ਹੈ ਕਿਉਂਕਿ ਇਹਦੀ ਵੀਡੀਓ ਲਗਾਤਾਰ ਸਰਕੂਲੇਟ ਵੱਖ-ਵੱਖ ਜਿਹੜੇ ਮੀਡੀਆ ਪਲੇਟਫਾਰਮਸ ਨੇ ਵੱਖ-ਵੱਖ ਪਲੇਟਫਾਰਮਸ ਨੇ ਉਹਨਾਂ ਉੱਤੇ ਟ੍ਰੈਂਡ ਕਰ ਰਹੀ ਹੈ ਹੁਣ ਜਿਹੜੇ ਹੁਰਗਾਦਾ ਦੇ ਵਿੱਚ ਰੂਸ ਦੇ ਕਾਉਂਸਲ ਜਨਰਲ ਨੇ ਵਿਕਟਰ ਬਰਿਓ ਪੇਵ ਉਹਨਾਂ ਨੇ ਇਸ ਨਿਊਜ਼ ਏਜੰਸੀ ਨੂੰ ਦੱਸਿਆ ਜਿਹਦਾ ਨਾਮ ਟਾਸ ਹੈ ਉਹਦੇ ਹਵਾਲੇ ਦੇ ਨਾਲ ਖਬਰੇ ਆ ਰਹੀ ਹੈ ਕਿ ਪੀੜਤ ਜਿਹੜਾ ਉਹ 23 ਸਾਲਾਂ ਦਾ ਤੇ ਉਹ ਇਹ ਵੀ ਦੱਸਦੇ ਨੇ ਕੋ ਵੇਵ ਕਿ ਉਹ ਸਲਾਨੀ ਨਹੀਂ ਸੀਗਾ ਉਹ ਕਈ ਮਹੀਨਿਆਂ ਤੋਂ ਮਿਸਰ ਦੇ ਵਿੱਚ ਰਹਿ ਰਿਹਾ ਸੀ ਇਸ ਦਰਦਨਾਕ ਹਾਦਸੇ ਨੂੰ ਇਸ ਨੌਜਵਾਨ ਦੇ ਪਿਤਾ ਨੇ ਵੀ ਆਪਣੇ ਅੱਖੀਂ ਦੇਖਿਆ ਜੀ